ਫਾਜ਼ਿਲਕਾ ਦੀ ਮਹਾਜਨ ਮਾਰਕੀਟ ਦੇ ਵਿੱਚ ਬਣੇ ਗਰੋਵਰ ਇਲੈਕਟ੍ਰੋਨਿਕਸ ਤੇ ਚੋਰੀ ਦੀ ਵਾਰਦਾਤ। ਚੋਰਾਂ ਵੱਲੋਂ ਹਜ਼ਾਰਾਂ ਰੁਪਏ ਦਾ ਸਮਾਨ ਕੀਤਾ ਪਾਰ, ਕੀਤੀ ਜਾ ਰਹੀ ਹੈ ਕਾਰਵਾਈ ਦੀ ਮੰਗ। ਫਾਜ਼ਿਲਕਾ ਦੇ ਮਹਾਜਨ ਮਾਰਕੀਟ ਦੇ ਵਿੱਚ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ। ਚੋਰਾਂ ਵੱਲੋਂ ਦੁਕਾਨ ਦੇ ਵਿੱਚ ਦਾਖਲ ਹੋ ਕੇ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ। ਦੁਕਾਨ ਮਾਲਕਾਂ ਨੇ ਦੱਸਿਆ ਕਿ ਰਾਤ ਨੂੰ ਉਹ ਦੁਕਾਨ ਬੰਦ ਕਰਕੇ ਗਏ ਸਨ, ਲੇਕਿਨ ਅੱਜ ਤੜਕੇ ਜਦ ਉਹਨਾਂ ਨੇ ਦੁਕਾਨ ਖੋਲ੍ਹੀ ਤਾਂ ਸਾਰਾ ਸਮਾਨ ਅਸਤ ਵਿਅਸਤ ਸੀ, ਜਿਸ ਦੇ ਚੱਲਦਿਆਂ ਉਹਨਾਂ ਨੂੰ ਪਤਾ ਚੱਲਿਆ ਕਿ ਦੁਕਾਨ ਦੇ ਵਿੱਚ ਚੋਰੀ ਹੋ ਗਈ ਹੈ। ਇੰਨਾ ਹੀ ਨਹੀਂ, ਚੋਰਾਂ ਵੱਲੋਂ ਸਮਾਨ ਦੇ ਨਾਲ ਨਾਲ CCTV ਕੈਮਰੇ ਅਤੇ DVR ਵੀ ਚੋਰੀ ਕਰ ਲਿਆ ਗਿਆ। ਉਹਨਾਂ ਨੇ ਕਿਹਾ ਕਿ ਉਹ ਜਲਦੀ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਰਹੇ ਹਨ। ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ ਅਤੇ ਚੋਰਾਂ ਦੇ ਹੌਸਲੇ ਬੁਲੰਦ ਹਨ। ਉਹਨਾਂ ਨੇ ਦੱਸਿਆ ਕਿ ਉਹਨਾਂ ਦੀਆਂ ਦੁਕਾਨ ਦੇ ਵਿੱਚ ਪਈਆਂ ਤਾਂਬੇ ਦੀਆਂ ਤਾਰਾਂ ਅਤੇ ਹੋਰ ਵੀ ਸਮਾਨ ਚੋਰੀ ਹੋ ਗਿਆ। ਇਸ ਦੇ ਨਾਲ ਨਾਲ ਚੋਰਾਂ ਵੱਲੋਂ DVR ਅਤੇ ਕੈਮਰੇ ਵੀ ਚੋਰੀ ਕਰ ਲਏ ਗਏ ਹਨ। ਮੇਰਾ ਨਾਮ ਸੁਮਨ ਕੁਮਾਰ ਗਰੋਵਰ ਹੈ ਜੀ। ਸਰ, ਰਾਤ ਜੋ ਚੋਰੀ ਹੋਈ ਹੈ ਤੁਹਾਡੀ ਦੁਕਾਨ ਤੇ, ਇਸ ਦੇ ਬਾਰੇ ਜਾਣਕਾਰੀ ਦਿਓ, ਕਿਵੇਂ ਹੋਈ ਹੈ ਚੋਰੀ ਜੀ? ਰਾਤ ਅਸੀਂ ਬਿਲਕੁਲ ਸਹੀ ਗਏ ਹਾਂ, ਪੂਰੇ ਲੋਕ ਵਗੈਰਾ ਲਾ ਕੇ ਗਏ ਹਾਂ ਜੀ। ਸਵੇਰੇ ਥੋੜ੍ਹੀ ਦੇਰ ਪਹਿਲਾਂ ਭਾਈ ਸਾਹਿਬ ਆਏ ਆ ਦੁਕਾਨ ਦੇ, ਉਹਨਾਂ ਨੇ ਸ਼ਟਰ ਜਦੋਂ ਖੋਲ੍ਹਿਆ, ਬਾਹਰੋਂ ਸ਼ਟਰ ਬਿਲਕੁਲ ਸਹੀ ਹੈ, ਅੰਦਰ ਖੋਲ੍ਹਿਆ ਤਾਂ ਸਾਡਾ ਸਾਰਾ ਸਮਾਨ ਹੀ ਅਸਤ ਵਿਅਸਤ ਹੋਇਆ ਪਿਆ ਸਾਰਾ। ਇੱਥੋਂ ਤੱਕ ਕਿ ਕੈਮਰੇ, DVD ਵਗੈਰਾ ਸਭ ਕੁਝ ਗਾਇਬ ਹੋ ਗਿਆ। ਕੀ ਕੋਈ ਨੁਕਸਾਨ ਹੋਇਆ ਤੁਹਾਡਾ ਜੀ? ਨੁਕਸਾਨ ਜਿਹੜਾ ਹੈਗਾ ਪੂਰਾ ਤਾਂ ਹਾਲੇ ਹੁਣ ਮੌਕਾ ਵੇਖ ਕੇ ਹੀ ਅੰਦਾਜ਼ਾ ਲਾਇਆ ਜਾਏਗਾ। ਹਾਲ ਦੀ ਘੜੀ ਮੋਟਾ ਜਿਹੜਾ ਸਾਡੀ ਤਾਂਬੇ ਦੀਆਂ ਤਾਰਾਂ ਅਤੇ ਦੂਜੀਆਂ ਤਾਰਾਂ ਅਤੇ ਦੂਜਾ ਕੁਝ ਸਮਾਨ ਅਤੇ DVD ਅਤੇ ਕੈਮਰੇ ਵਗੈਰਾ ਜਿਹੜੇ ਹੈਗੇ ਆ ਉਹ ਮਤਲਬ ਇਸ ਵੇਲੇ ਗਾਇਬ ਨੇ। ਲਗਭਗ ਕਿੰਨੇ ਕੁ ਦਾ ਨੁਕਸਾਨ ਹੋਇਆ ਤੁਹਾਡੇ? ਇਹ ਹਾਲੇ ਅੰਦਾਜ਼ਾ ਨਹੀਂ ਮੈਂ ਲਾ ਸਕਿਆ, ਹਾਲੇ ਹੁਣੇ ਹੀ ਆਏ ਹਾਂ ਕਿਉਂਕਿ ਹਾਲੇ ਆਂਢ ਗੁਆਂਢ ਇਕੱਠੇ ਹੋ ਗਏ ਸਾਰਿਆਂ ਨੇ, ਅਸੀਂ ਮੌਕਾ ਵੇਖਿਆ ਸਾਰਿਆਂ ਨੇ। ਚੋਰ ਜਿਹੜੇ ਹੈਗੇ ਆ ਉੱਤੇ ਇੱਕ ਸ਼ਟਰ ਹੋਰ ਹੈਗਾ, ਉਹ ਸ਼ਟਰ ਉਹਨਾਂ ਨੇ ਭੰਨਿਆ ਵਿੱਚੋਂ, ਕੱਟਿਆ ਬਾਰੀਆਂ ਨਾਲ ਅਤੇ ਪਤਾ ਨਹੀਂ ਕੀ ਕੀਤਾ ਉਹਦੇ ਵਿੱਚੋਂ। ਕਰੀਬ 2.5-3 ਫੁੱਟ ਉਹਨਾਂ ਨੇ ਮੋਰਾ ਜਿਹਾ ਬਣਾ ਕੇ ਅਤੇ ਉਹਦੇ ਵਿੱਚੋਂ ਆਏ ਨੇ। ਉੱਤੇ ਇੱਕ ਦੂਜਾ ਸ਼ਟਰ ਹੋਰ ਲੱਗਿਆ ਹੋਇਆ ਸਟੋਰ ਦਾ, ਉਹ ਵੀ ਭੰਨਿਆ ਪਿਆ, ਸਮਾਨ ਸਾਰਾ ਉੱਤੇ ਖਿਲਰਿਆ ਪਿਆ ਸਾਰਾ। ਪੁਲਿਸ ਨੂੰ ਇਨਫੋਰਮੇਸ਼ਨ ਦੇ ਦਿੱਤੀ ਕੀ ਤੁਹਾਡੇ ਵੱਲੋਂ? ਨਹੀਂ, ਬਿਲਕੁਲ ਅਸੀਂ ਹੁਣ ਸਾਰੇ ਮਾਰਕੀਟ ਨਾਲ ਇਕੱਠੇ ਹੋਏ ਹਾਂ, ਹੁਣ ਅਸੀਂ ਇਨਫੋਰਮੇਸ਼ਨ ਦੇਣ ਲੱਗੇ ਹਾਂ। ਟੋਟਲ ਕਿੰਨੇ ਦੁਕਾਨਾਂ 'ਤੇ ਚੋਰੀ ਹੋਈ ਜੀ ਇੱਥੇ? ਇੱਕ ਮੇਰੀ ਦੁਕਾਨ ਹੈਗੀ, ਨਾਲ ਦੀ ਦੁਕਾਨ ਦੇ ਜਿਹੜੀ ਹੈਗੀ ਉਹਨਾਂ ਦਾ ਸ਼ਟਰ ਛੱਤ ਤੋੜ ਦਿੱਤੀ ਗਈ ਹੈ, ਰੱਬ ਜਾਣੇ ਉੱਤੋਂ ਕੋਈ ਸਮਾਨ ਸਮੂਨ ਸਟੈਕ ਕੀ ਕੀਤਾ ਉਹਨਾਂ ਨੇ। ਇੱਕ ਇਹ ਕਹਿੰਦੇ ਨੇ ਭਾਈ ਸਾਹਿਬ ਹੁਣੇ ਕਹਿ ਰਹੇ ਨੇ ਸਚਦੇਵੇ ਪੈਸਟੀਸਾਈਡ ਵਾਲੀ, ਇਹ ਹੁਣੇ ਹੀ ਗੱਲ ਕਰ ਰਹੇ ਨੇ, ਮੈਨੂੰ ਨਹੀਂ ਪਤਾ ਵੈਸੇ ਉਹਨਾਂ ਦੇ ਵੀ ਕਹਿੰਦੇ ਵੀ ਤੋੜਿਆ ਗਿਆ। ਇਹ ਜਿਹੜੀ ਚੋਰੀ ਦੀ ਘਟਨਾਵਾਂ ਹੋ ਰਹੀਆਂ ਸ਼ਹਿਰ ਦੇ ਵਿੱਚ, ਇਸ ਨੂੰ ਲੱਗ ਕੇ ਕੀ ਕਹੋਗੇ ਤੁਸੀਂ ਜੀ? ਗੱਲ ਇਹ ਵੀ ਇਹ ਪ੍ਰਸ਼ਾਸਨ ਨੂੰ ਸਾਨੂੰ ਬਹੁਤ ਹੀ ਨਿਗਰਾਨੀ ਕਰਨੀ ਚਾਹੀਦੀ ਹੈ, ਜਿਹੜੀ ਕਿ ਕਮਜ਼ੋਰ ਹੈ ਇਸ ਵੇਲੇ ਰਫਤਾਰ ਨਾਲ ਚੱਲ ਰਹੀ ਹੈਗੀ ਹੈ। ਅੱਗੇ ਵੀ ਸ਼ਹਿਰ ਵਿੱਚ ਬੜੀਆਂ ਚੋਰੀਆਂ ਦਿਨ ਭਰ ਰੂਟੀਨ ਵਿੱਚ ਆਪਾਂ ਦੇਖ ਰਹੇ ਹੋ ਰਹੀਆਂ। ਪ੍ਰਸ਼ਾਸਨ ਨੂੰ ਚਾਹੀਦਾ ਜਲਦੀ ਜਲਦੀ ਉਹਨਾਂ 'ਤੇ ਨਕੇਲ ਪਾਉਣੀ ਚਾਹੀਦੀ ਹੈ ਅਤੇ ਚੋਰਾਂ ਨੂੰ ਕਾਬੂ ਕਰਕੇ ਜਿਹੜਾ ਹੈਗਾ ਸਾਡਾ ਸਮਾਨ, ਸਾਰੇ ਸ਼ਹਿਰ ਦਾ ਜਿਹੜਾ ਸਾਡਾ ਨੁਕਸਾਨ ਹੋ ਰਿਹਾ, ਸਾਡੇ ਸਾਰਿਆਂ ਦਾ ਜਿਹੜਾ ਨੁਕਸਾਨ ਹੋ ਰਿਹਾ, ਉਹ ਸਾਰਿਆਂ ਦੀ ਉਹਨਾਂ ਨੂੰ ਦਵਾਇਆ ਜਾਏ ਜੀ। ਹਫ਼ਤੇ ਦੇ ਵਿੱਚ 3ਜੀ 4ਜੀ ਚੋਰੀ ਜਿਹੜੀ ਸਭ ਤੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਤੁਸੀਂ ਪੁਲਿਸ ਪ੍ਰਸ਼ਾਸਨ ਦੀ ਮੁਸਤੈਦੀ ਲੈ ਕੇ ਕੀ ਕਹਿਣਾ ਚਾਹੁੰਦੇ ਜੀ ਇਸ ਮਾਮਲੇ 'ਚ? ਦੱਸੋ ਜੀ, ਬਾਕੀ ਤਾਂ ਹੁਣ ਸਾਰਾ ਸ਼ਹਿਰ ਜਾਣਦਾ, ਮੇਰੇ ਕਹਿਣ ਦੀ ਲੋੜ ਨਹੀਂ ਹੈਗੀ। ਜੇ ਸਾਡੀ ਕਿਧਰੇ ਨਾ ਕਿਧਰੇ ਕੋਈ ਕਮਜ਼ੋਰੀ ਹੈ ਅਤੇ ਜਿਸ ਵਜ੍ਹਾ ਨਾਲ ਇਹ ਜਿਹੜਾ ਕੰਮ ਹੋ ਰਿਹਾ, ਜਿਹੜਾ ਕਿ ਸਾਨੂੰ ਪੁਲਿਸ ਨੂੰ ਚਾਹੀਦਾ ਹੈਗਾ ਵੀ ਉਹਦੀ ਨਿਗਰਾਨੀ ਪੂਰੀ ਕਰਕੇ ਉਹਨਾਂ ਚੋਰਾਂ ਦੇ ਨਾਲ ਨੱਥ ਪਾਉਣੀ ਚਾਹੀਦੀ ਹੈ, ਨਾ ਕਿ ਜਿਹੜਾ ਹੈਗਾ ਵੀ ਇੰਨੀਆਂ ਚੋਰੀਆਂ ਜਿਹੜੀਆਂ ਹੋ ਰਹੀਆਂ ਨੇ ਕਿਉਂ ਹੋ ਰਹੀਆਂ ਨੇ, ਗੱਲ ਨੂੰ ਸਮਝਣਾ ਚਾਹੀਦਾ ਉਸ ਗੱਲ ਨੂੰ ਸਾਨੂੰ ਤਹਿਤ।